हेलो गाइस, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਸੀ ਅੱਜ ਦੇ ਨਵੇਂ ਵਲੌਗ ਦੇ ਵਿੱਚ। ਸਵੇਰ ਦੇ 8:15 ਹੋ ਚੁੱਕੇ ਆ, ਅਸੀਂ ਉੱਠ ਚੁੱਕੇ ਆ ਤੇ ਸਾਨੂੰ ਚਾਹ ਮਿਲ ਚੁੱਕੀ ਆ। ਅਸੀਂ ਬ੍ਰਸ਼ ਵੀ ਕਰ ਲਿਆ ਤੇ ਪਿੰਨੀਆਂ ਵੀ ਆ ਗਈਆਂ ਸਾਡੇ ਕੋਲੇ। ਹੁਣ ਅਸੀਂ ਫਰੈਸ਼ ਹੋ ਕੇ ਤੇ ਦੁਕਾਨ ਤੇ ਜਾਣਾ। ਨਹਾ ਧੋ ਕੇ ਤਾਂ ਰੈਡੀ ਹੋ ਚੁੱਕੇ ਆ, ਹੁਣ ਵਾਰੀ ਆ ਗਈ ਪੇਟ ਪੂਜਾ ਦੀ। ਅੱਜ ਪੂਜਾ ਦੇ ਵਿੱਚ ਬਣਿਆਗੇ ਕੜੀ ਚੌਲ ਤੇ ਕੜੀ ਚੌਲ ਖਾਣੇ ਆ, ਬਹੁਤ ਸਵਾਦ ਲੱਗਦੇ ਸਾਨੂੰ ਤਾਂ ਇਹ। ਗਾਈਜ਼ ਆ ਰਹੇ ਕੜੀ ਚੌਲ ਤਿਆਰ ਹੈ। ਗਨੂਰ ਕਿੱਦਾਂ ਲੱਗ ਰਿਹਾ? ਕੜੀ ਚੌਲ ਮਿਲਣਗੇ ਅੱਜ? ਬਹੁਤ ਵਧੀਆ। ਪਹਿਲਾਂ ਅਸੀਂ ਸਕੂਲ ਦੇ ਵਿੱਚ ਖਾਂਦੇ ਸੀ, ਸਰਕਾਰੀ ਸਕੂਲ ਦੇ ਵਿੱਚ, ਤੇ ਉੱਥੋਂ ਦੀ ਯਾਦ ਆ ਗਈ ਸਾਨੂੰ। ਹੁਣ ਉੱਥੇ ਵੀ ਮਿਲਦੇ ਹੁੰਦੇ ਸੀ ਸਾਨੂੰ ਹਰੇਕ ਥਰਸਡੇ। ਸਾਡੀ ਪੇਟ ਪੂਜਾ ਹੋ ਗਈ ਆਗੀ ਤੇ ਗੁਰੀ ਆ ਗਿਆ ਚੌਲ ਲੈ ਖਾਣ ਤੇ ਭੁੱਖੜਾ ਵਾਲਾ ਇਹ ਆ ਤਾਂ ਕੋਈ ਚੀਜ਼ ਦਿੰਦਾ ਨਹੀਂ, ਅਸੀਂ ਵੀ ਇਹਨੂੰ ਚੌਲ ਦੇਣੇ ਨਹੀਂ ਸੀ। ਚਲੋ ਗਾਈਸ, ਗਾਈਸ ਗਰਨੂਰ ਤਾਂ ਹਾਲੇ ਦੁਕਾਨ 'ਤੇ ਆ, ਮੈਂ ਘਰੇ ਹਾਂ ਕਿਉਂਕਿ ਮੈਨੂੰ ਘਰੇ ਕੋਈ ਕੰਮ ਸੀਗਾ ਅਤੇ ਮੈਨੂੰ ਕੰਮ ਸੀਗਾ ਇਸ ਲਈ ਮੈਂ ਘਰੇ ਸੀ, ਅਤੇ ਗਰਨੂਰ ਤਾਂ ਦੁਕਾਨ 'ਤੇ ਹੀ ਆ ਅਤੇ ਉਹ ਹੁਣ ਦੁਕਾਨ 'ਤੇ ਆ ਅਤੇ ਡੈਡੀ ਫੋਨ ਲਿਆਏ ਸੀਗੇ ਸਾਡੇ ਕੋਲ, ਇੱਕ ਫੋਨ ਹੀ ਆ ਨਾ ਅਤੇ ਇਸ ਕਰਕੇ ਹੁਣ ਆਹ ਫੋਨ ਮੇਰੇ ਕੋਲ ਹੋ ਗਿਆ। ਹੁਣ ਮੈਂ ਇੱਕ ਚੀਜ਼ ਦਿਖਾਉਂਦਾ ਤੁਹਾਨੂੰ, ਮੇਰੀ ਫੇਵਰੇਟ ਹੈ ਇਹ ਚੀਜ਼, ਟਕਾ ਟਕ। ਹੁਣ ਮੈਂ ਟਕਾ ਟਕ ਖਾਊਂ ਅਤੇ ਨਾਲ ਹੀ ਟੀ ਵੀ ਦੇਖੂ। ਜੇ ਟੀ ਵੀ ਇਹ ਸੱਚ ਛੱਡਦੀ ਸੋਚ। ਚਲੋ ਫਿਰ ਲੈਂਦੇ ਹਾਂ ਨਿਆਰੀ ਟੀ ਵੀ ਦੇ। ਮੈਂ ਕੁਰਕਰੇ ਤਾਂ ਖਾ ਲਏ, ਉੱਧਰ ਦੀ ਉੱਧਰ ਮੰਮੀ ਨੇ ਚਾਹ ਬਣਾ ਲਈ ਅਤੇ ਹੁਣ ਮੈਂ ਚਾਹ ਵੀ ਪੀ ਲਈ ਆ ਅਤੇ ਉਹਦਾ ਮਜ਼ਾ ਲੈ ਰਹੇ ਹੁਣ ਅਸੀਂ ਟੀ ਵੀ ਦਾ। ਅਤੇ ਉਹ ਜ਼ਬਰਦਸਤ ਗਾਣੇ ਚੱਲਦੀ ਆ ਕਿਉਂਕਿ ਮੈਨੂੰ ਵਧੀਆ ਲੱਗਦੀ ਆ ਹੁਣ, ਪਰ ਉਹ ਆ ਰਹੀ ਆ ਐਡ ਆ ਰਹੀ ਆ ਉਹਦੀ ਚੌਕੋਸ ਦੀ ਅਤੇ ਹੁਣੀ ਹੁਣੀ ਮਸ਼ਹੂਰੀਆਂ ਆਈਆਂ। ਅਤੇ ਗਰਨੂਰ ਵੀ ਆ ਚੁੱਕਿਆ ਦੁਕਾਨ ਤੋਂ, ਹੁਣ ਅਸੀਂ ਜਾਂਦੇ ਹਾਂ ਟੈਰਿਸ 'ਤੇ ਪਤੰਗ ਚੜਾਉਣ, ਫਿਰ ਆ ਕੇ ਉੱਥੋਂ ਥੋੜ੍ਹਾ ਟਾਈਮ ਪਤੰਗ ਚੜਾਵਾਂਗੇ, ਫਿਰ ਆ ਕੇ ਪਤੰਗ ਮਤਲਬ ਪੜ੍ਹਨ ਲੱਗਾਂਗੇ ਅਸੀਂ ਕਿਉਂਕਿ ਇੰਨੇ ਦਿਨ ਹੋ ਗਏ ਅਸੀਂ ਪੜ੍ਹੇ ਨਹੀਂ ਗਏ ਅਤੇ ਹੁਣ ਅਸੀਂ ਪੜ੍ਹਨ ਲੱਗਾਂਗੇ ਫਿਰ ਆ ਕੇ। ਗਾਈਜ਼ ਅਸੀਂ ਹੁਣ ਟੈਰਿਸ 'ਤੇ ਪਹੁੰਚ ਚੁੱਕੇ ਹਾਂ ਅਤੇ ਇੱਥੇ ਗੁਰੀ ਵੀ ਮੌਜੂਦ ਸੀਗਾ ਅਤੇ ਅਵੀ ਵੀ ਅਤੇ ਇੱਕ ਉਹ ਗੁਰਮਣ ਉਹ ਸੁਖਮਣ ਸੋਰੀ ਅਤੇ ਗੁਰੀ ਆਪਦੀ ਬੋਤਲ 'ਚ ਪਾਣੀ ਪੀ ਰਿਹਾ ਅਤੇ ਗੁਰੀ ਨੇ ਆਉਣ ਸਾਰ ਗਰਨੂਰ ਨੂੰ ਜੱਫੀ ਪਾ ਲਈ ਕਿਉਂਕਿ ਉਹ ਮਿਸ ਕਰ ਰਿਹਾ ਸੀ ਗਰਨੂਰ ਨੂੰ ਅਤੇ ਜੱਫੀ ਪਾਈ ਸੀ ਉਹਨੇ ਗਰਨੂਰ ਨੂੰ। ਹੁਣ ਚਲੋ ਫਿਰ ਚੜਾਉਂਦੇ ਪਤੰਗ ਅਸੀਂ। ਬੂਫਰ ਲਾਏ ਆ ਇੱਥੇ ਅਸੀਂ ਸੋਨੀ ਦੇ, ਉਹਦੇ ਜਿਹੜੇ ਅਸੀਂ ਵਿਆਹ 'ਤੇ ਲਾਏ ਸੀ, ਮਤਲਬ ਵਿਆਹ ਕਹੀ ਹਨ ਉੱਥੇ ਜਨਮਦਿਨ 'ਤੇ ਲਾਏ ਸੀਗੇ। ਆਹ ਪਏ ਬੂਫਰ, ਬਹੁਤ ਉੱਚੀ ਆਵਾਜ਼ ਆਉਂਦੀ ਇਹਦੀ ਅਤੇ ਪਤੰਗ ਦੇ ਵਿੱਚ ਅੜਦਾ ਅੜਦਾ ਬਚ ਗਿਆ ਨਾ ਕਿੱਧਰ, ਆਹ ਕਬੂਤਰ ਜਿਹਾ ਅਤੇ ਪਤੰਗ ਦੇ ਵਿੱਚ ਹੈ ਨਾ ਅੜ ਗਿਆ ਸੀਗਾ। ਸਾਡੇ ਸਬਸਕ੍ਰਾਈਬਰ ਗਾਲਾਂ ਪੈ ਰਹੀਆਂ ਗਰਨੂਰ ਤੋਂ ਕਿਉਂਕਿ ਗੁਰੀ ਨਾ ਅਵੀ ਨੂੰ ਪੁੱਠਾ ਬੋਲ ਰਿਹਾ ਸੀ। ਕੱਲ੍ਹ ਵੀ ਕੱਲ੍ਹ ਦੇ ਵਲੋਗ ਵੀ ਤੁਸੀਂ ਦੇਖਿਆ ਹੋਊਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿਉਂਕਿ ਐਂਡੇ ਦੇ ਵਿੱਚ ਹੈ ਨਾ ਗੁਰੀ ਨਾ ਅਵੀ ਨੂੰ ਕੁੱਟ ਰਿਹਾ ਸੀਗਾ ਜਦੋਂ ਗੁਲਾਬ ਨੇ ਉਹਨੂੰ ਥੱਲੇ ਸਿੱਟਿਆ ਹੋਇਆ ਢਾਇਆ ਹੋਇਆ ਸੀ ਮਤਲਬ, ਅਤੇ ਉਦੋਂ ਗੁਰੀ ਵੀ ਇਹਦੇ ਲਾ ਰਿਹਾ ਸੀ, ਤੁਸੀਂ ਗੌਰ ਨਾਲ ਦੇਖਿਓ। ਅਤੇ ਅੱਜ ਵੀ ਇਹ ਬੋਲ ਰਿਹਾ ਕਿਉਂਕਿ ਇਹ ਜ਼ਿਆਦਾ ਚੰਬੜਿਆ ਹੋਇਆ, ਇਹਦੇ ਇੱਕ ਚਪੇੜਾ ਬਣ ਹੁਣ ਬੋਲਿਆ ਕਰੇਗਾ ਹੈ ਅਤੇ ਚੰਬੜਿਆ ਹੋਇਆ ਬੰਦਾ ਯਾਰ ਤੇ ਫਿਰ ਵਧੀਆ ਉਹਦਾ ਚੜੂਗਾ। ਅੱਛਾ ਤੋੜ ਦੇ ਫਿਰ, ਕੱਲ੍ਹ ਅਸੀਂ ਨਵਾਂ ਪਤੰਗ ਲਿਆਂਦਾ ਸੀਗਾ ਇੱਕ ਅਤੇ ਉਹ ਚੜਾ ਰਹੇ ਆ, ਉਹਨੇ ਪਤਾ ਨਹੀਂ ਸਪੀਕਰਸ ਨੂੰ ਕੀ ਕਰਤਾ, ਕੀ ਹੋ ਗਿਆ ਓਏ ਪਤਾ ਨਹੀਂ, ਸੈੱਟ ਜਿਹਾ ਕਰ ਰਿਹਾ ਹੁਣ ਇਹ ਕੁਛ ਸਪੀਕਰਾਂ ਤੇ, ਤੇ ਦੇਖਦੇ ਹੁਣ ਕਦੋਂ ਚੱਲਣਗੇ ਫਿਰ ਇਹ। ਗਾਈਸ ਮੈਂ ਟੀ ਸ਼ਰਟ ਪਾ ਲਈ ਕਿਉਂਕਿ ਕੋਟ ਮੈਂ ਲਾ ਤਾ ਅਤੇ ਗਰਮੀ ਬਾਹਲੀ ਸੀ ਅਤੇ ਬਹੁਤ ਮੁਸ਼ਕਲ ਬਾਅਦ ਹੈ ਨਾ ਅਸੀਂ ਪਤੰਗ ਚੜਾ ਲਿਆ ਕਿਉਂਕਿ ਇਹਦੀ ਚੀਲ ਬਹੁਤ ਮੋਟੀ ਸੀ ਅਤੇ ਮਸਾਂ ਝੇਵ ਕੱਢੀ, ਮੈਂ ਤਾਂ ਜੀ ਕਰਦਾ ਤੋੜਦਾ, ਇਹ ਕਹਿੰਦਾ ਕੋਈ ਨਹੀਂ ਰਹਿਣ ਦੇ ਤੋੜ ਨੂੰ ਵੀ ਇੱਕ ਵਾਰੀ ਚੜਾ ਕੇ ਦੇਖ ਲੈਂਦੇ ਹਾਂ, ਨਹੀਂ ਬਾਕੀ ਮੈਂ ਤਾਂ ਤੋੜ ਹੀ ਦੇਣਾ ਸੀਗਾ ਫਿਰ। ਗਾਈ ਪਤੰਗ ਵੜ ਦਿੱਤਾ ਇੱਕ ਤੇ ਬਹੁਤ ਦੂਰ ਉਹ ਜਾਂਦਾ ਗਾਈ ਦੂਰ, ਪਰ ਦਿਖੇ ਨਾ ਪਤਾ ਬਸ ਪਤੰਗ ਵੜਤਾ ਤੇ ਸਾਡਾ ਉਹ ਕੋਠੇ ਤੇ ਡਿੱਗ ਗਿਆ ਸਾਹਮਣੇ ਵਾਲਿਆਂ ਦੇ ਤੇ ਖਿੱਚ ਲਿਆ ਸੀ ਪਤੰਗ ਆਪਦਾ ਤਾਂ ਕੀ ਹੋ ਗਿਆ ਸੀ ਆਪਣੇ ਪਤੰਗਾਂ ਤੋਂ ਡਿੱਗ ਗਿਆ। ਓ ਯਾਰ ਆਪਾਂ ਨੇ ਨਹੀਂ ਸੀ ਢਿੱਲ ਢਿੱਲ ਵਾਲੀ ਵੱਡੇ ਤਾਂ ਨਹੀਂ ਗਿਆ ਆਪਣਾ, ਵੱਡੇ ਤਾਂ ਉਹਨਾਂ ਨੇ ਦਿੱਤਾ। ਕਿੱਦਾਂ ਲੱਗ ਰਿਹਾ ਫਿਰ, ਕਿੱਦਾਂ ਦਾ ਲੱਗ ਰਿਹਾ ਆਉਣ ਸਾਰ ਕਿਉਂ ਲੱਗ ਗਿਆ? ਗੁਰੀ 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 ਆਪਣਾ ਆਪਾਂ ਪਤੰਗ ਵੜਤਾ, ਕਿੱਦਾਂ ਲੱਗ ਰਿਹਾ ਤੈਨੂੰ?
अच्छा फिर आई वो कर दे बड़ा जोर लाई जाता उधर का पतंग आ रहा है इतनी होगी वे देख लो कई फट के मतलब गई साडा पतंग चढ़ गया थले ला लिया क्योंकि डोर जेडी गंढ पै चुकी आनी पै गई किन्नी पै गई तंग चढ़ाने फिर गई मेरे पैर च डोर फस गई गई सोला तो मैं देता पतंग चढ़ चुका गुरी गुरी तू आ छड़ डोर हाथ चो गुरी नाल भाई तकड़ा सीन हो गया गुरी पैपा चढ़ के डिग गया गुरी किदा लग रहा गुरी नु पता नहीं की हो गया एक दम आके लैफ्ट गया मैं कुछ कहा भी नहीं मेरे नाल लैफ्ट जा देख रहे पिछली वीडियो जी मैं मारा एकदम लैफ्ट गया पता नहीं की हो गया गुरी 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 छड़ भी की हो गया गुरी कौन आ कौन आ कौन ये कौन कल तो असि डोरा कठिया करके नहीं गए सी अज साडे पैर ही मतलब पैर च फिर रही ने इस करके हम अस मतलब डोरा कठिया करा गे मैं गुरी रल के है गुरी चल गुरी आ कठी कर दे पतंग वड़ा लिया मतलब लवा ली आपकी बेस्ती पतंग वैसे दरख्त चढ़िया गल तो मैं भी मानता दरख्त सामने दरख्त अड़ गया बेचारिया थले करना सी ना थले ढिल देनी ढिल देनी सी इस करके फिर इधर बूफर चला तैयारी हो रही है थलो करा रहे बोर्ड वगैरह कनेक्ट हूं फिर पा देने सारी डोर थले जाके मचावांगे डोर ता नहीं रही इसलिए कर इन डोर है इन्हें मचावे हूँ असि देख दे कि यार वैसे कम तो माड़ा ही ठीक है पंछियों के पैर च फिर फिर गई हूँ असं इतने फिरते ना तो इस करके जो असं तुरते तो साढ़े पैर च भी फिर इस करके मैं सोचा भी असं इकट्ठिया कर दिए तो दो बारी तो मेरे पैर से लग भी चुकी इन्नी इन्नी तो इस कम गलत आ पर इन तगड़िया डोर भी ना लैके आओ जिन्ना तो लिखा होता ना नोट यूज फॉर काइट फ्लाइंग फ्लाइंग तो वह डोर तो बिल्कुल ना लैके आओ दूजिया वरत लिया करो गाइस ठीक है तो आ चंगी नहीं है डोर गाइस मैं किसी काम करके थले जाना पैसा जी डोर नहीं है वह लिफाफा उस वास्ते लिफाफा चक लिया नाल संतरा चक लिया तो अपने वह चल चुके ने बस करी मड़ी चलाइए तो हम गाइस संतरा खा के गल कर दे गाइस इन्होंने सारे पतंग बढ़ा ले हम साडे स्पीकर लग रहे साडे फोन नाल कनेक्ट आओ तो इस करके बंद हो गया किदा लग रहा सारे दोहे पतंग बढ़ा ले तू दसी भुख लग गई हूं चौल गरम हो रहा मेरे गरूत गुआढ़िया पतंग ले आन गया मेनू भुख लग रही है हूं मैं बस रोटी खा रहा माइक्रोवेव ते चौल गरम हो रहे मेरे मैं एक मिनट लाता सी ते सवा मिनट लाता सी मैं ते चौल गरम हो रहे ने चौल पहुंच गया आ सोचो मैं बंद करती चौल कढ़ दी कपड़े
ਚੌਲ ਨਿਕਲ ਚੁੱਕੇ ਆ ਗਏ ਹੁਣ ਖਾਣੇ ਆ ਫਿਰ ਗਾਈਸ ਅਸੀਂ ਟੈਰੇਸ ਤੇ ਆ ਗਏ ਆ ਅਸੀਂ ਇੱਥੇ ਆ ਕੇ ਹਨਾ ਉਹ ਖਾ ਲਈ ਆ ਗਈ ਚੌਲ ਵਗੈਰਾ ਖਾ ਲਏ ਆ ਤੇ ਹੁਣ ਅਸੀਂ ਇੱਥੇ ਪਤੰਗ ਚੜਾਉਣ ਦੀ ਤਿਆਰੀ ਕਰ ਰਹੇ ਆ ਗਲਾ ਵੀ ਆਊਗਾ ਸ਼ਾਇਦ ਉਹ ਕਹਿੰਦਾ ਤਾਂ ਸੀ ਕਿ ਸਾਨੂੰ ਪਰ ਆਊਗਾ ਤੇ ਕੀ ਪਤਾ ਹੁਣ ਉਹਦਾ ਆਊਗਾ ਕਿ ਨਾ ਤੇ ਹੁਣ ਫਿਰ ਅਸੀਂ ਚੜਾਉਂਦੇ ਪਤੰਗ ਸਾਡਾ ਪਤੰਗ ਮਤਲਬ ਵੱਡਿਆ ਨਹੀਂ ਗਿਆ ਸੀਗਾ ਉਹ ਸਾਹਮਣੇ ਇੱਕ ਕੋਠੀ ਆ ਆ ਮੇਰੇ ਪਿੱਛੇ ਠੀਕ ਆ ਆ ਕੋਠੀ ਆ ਗਈ ਉਹ ਵਾਲੀ ਤੇ ਹਨਾ ਉਹਦੇ ਚੜ ਗਿਆ ਸੀਗਾ ਤੇ ਉੱਥੋਂ ਦੇ ਸਾਨੂੰ ਦੱਸਿਆ ਵੀ ਉਹਨਾਂ ਨੇ ਵੀ ਤੁਹਾਡਾ ਪਤੰਗ ਇੱਥੇ ਅੜਿਆ ਪਿਆ ਤੇ ਆ ਕੇ ਲੈ ਜਾਓ ਅਸੀਂ ਉਂਗਲਾਂ ਤੇ ਟੇਪ ਵਗੈਰਾ ਚੜਾ ਲਈ ਆ ਹੁਣ ਮੈਂ ਪਤੰਗ ਦਾ ਹੋਲਾ ਦੇਣ ਚੱਲਿਆ ਕਿਉਂਕਿ ਮੈਥੋਂ ਘੈਂਟ ਤਾਂ ਕੋਈ ਹੋਲਾ ਹੀ ਨਹੀਂ ਦਿੰਦਾ ਗਰਨੂਰ ਨੂੰ ਵੀ ਨਹੀਂ ਦੇਣਾ ਆਉਂਦਾ ਇੰਨਾ ਘੈਂਟ ਦਾ ਹੋਲਾ ਮੈਂ ਆਪਣੀ ਤਾਰੀਫ ਨਹੀਂ ਕਰਦਾ ਚਲੋ ਗਾਈਸ ਮੈਂ ਕੋਟ ਪਾ ਲਿਆ ਕਿਉਂਕਿ ਮੈਨੂੰ ਠੰਡ ਲੱਗ ਰਹੀ ਸੀ ਠੰਡ ਵੱਧ ਵੀ ਗਈ ਆ ਤੇ ਹੁਣ ਇੱਧਰ ਪੇਚੇ ਪਾਵਾਂਗੇ ਅਸੀਂ ਲੜਾਵਾਂਗੇ ਤੇ ਚੱਲ ਗੁਰ ਪਤੰਗ ਸਾਡੇ ਕੋਲ ਵਾਪਸ ਆ ਚੁੱਕੇ ਨੇ ਸਾਡੇ ਪੁਰਾਣੇ ਗਾਈਸ ਗਰਨੂਰ ਨੇ ਪਤੰਗ ਅੜਵੜਾ ਲਿਆ ਹੋ ਜਾਂਦਾ ਸਾਡਾ ਪਤੰਗ ਗਰਨੂਰ ਹਾਊ ਆਰ ਯੂ ਫੀਲਿੰਗ ਅੱਜ ਵਾਲੇ ਬੜਾ ਗਏ ਯਾਰ ਕੱਲ ਵਾਲੇ ਵੱਡੇ ਸੀ ਕਿੱਦਾਂ ਦਾ ਲੱਗ ਰਿਹਾ ਹੈ ਤੁਹਾਡੀ ਗਾਈਸ ਖਰਾਬ ਜੀ ਖਰਾਬ ਆਉਂਦਾ ਓਏ ਤੇ ਗਾਈਸ ਪਤੰਗ ਵੱਡਿਆ ਗਿਆ ਦੁੱਖ ਤਾਂ ਹੋ ਰਿਹਾ ਕਿਉਂਕਿ ਹੁਣ ਸਾਡੇ ਕੋਲ ਇੱਕ ਪਤੰਗ ਵੀ ਹੈ ਨਹੀਂ ਤੇ ਗੁਲਾਬ ਆਊਗਾ ਉਹ ਲੈ ਕੇ ਆਊਗਾ ਪਤੰਗ ਆਪਣੇ ਨਾਲ ਗਾਈਸ ਗਰਨੂਰ ਨੇ ਅਭੀ ਨੇ ਸੁੱਖ ਨੂੰ ਰਵਾਤਾ ਪਰ ਰਵਾਇਆ ਨਹੀਂ ਇਹਨਾਂ ਚੌੜ ਕਰੀ ਜਾਂਦੇ ਇਹ ਕਿਤਨੇ ਪਤਾ ਕੀ ਹੋ ਰਿਹਾ ਓਏ ਦੋ ਤਿੰਨ ਕਹਿੰਦੀ ਪੈਣ ਤੇਰੇ ਚਾਚੀ ਤੋਂ ਚਪੜੇ ਪੜ ਓਏ ਉਹ ਜਾਂਦਾ ਪਤੰਗ ਇੱਕ ਕਿਉਂ ਢਿੱਲ ਦਿੱਤੀ ਉਹਨੂੰ ਨਹੀਂ ਢਿੱਲ ਦੀ ਦਿੱਤੀ ਆ ਚੁੱਪ ਕਰ ਜਾ ਓਏ ਉਹ ਬਣ ਗਈ ਚਿੱਕੀ ਹੋ ਗਿਆ ਓਏ ਗਾਈਸ ਗਰਨੂ ਗੁਰੀ ਦੇ ਮੱਥੇ ਚਪੇੜਾ ਪਿਆ ਕਿਉਂਕਿ ਇੱਥੇ ਨਾ ਠੰਡਾ ਪਾਣੀ ਆ ਤੇ ਉਹਦੇ ਵਿੱਚ ਹੱਥ ਸਾਰੇ ਨੇ ਪਿਉਣ ਲਿਆ ਕਫਾਂ ਗੁਰੀ ਕਫਾਂ ਤੇ ਇਹਨੇ ਹੁਣ ਦੇਖੋ ਕਿੱਦਾਂ ਕਰ ਰਿਹਾ ਹੈ ਫਿਰ ਤੂੰ ਕਿਉਂ ਹੱਥ ਲਵੇੜੇ ਚ ਇੰਨਾ ਠੰਡਾ ਪਾਣੀ ਆ ਨਾ ਗਾਈਸ ਇੱਥੇ ਤੂੰ ਕਦੋਂ ਹੱਥ ਲਵੇੜੇ ਚ ਸ਼ੇਰ ਬੱਗਾ ਆ ਜਾ ਬੂਫਰਾਂ ਦੀ ਗੁੱਦ ਤੇ ਅੱਜ ਇਹਨਾਂ ਨੇ ਸਿੱਟੀ ਹੋਈ ਤੇ ਉਹਨੂੰ ਵੱਢ ਰਿਹਾ ਸੀ ਠੰਡੇ ਪਾਣੀ ਵਿੱਚ ਕਿੱਦਾਂ ਦਾ ਲੱਗ ਰਿਹਾ ਫਿਰ ਦੱਸ ਦੇ ਤੇਰੇ ਫੈਨ ਤੇਰਾ ਵੇਟ ਕਰੀ ਜਾਂਦੇ ਦੱਸ ਦੇ ਕਿੱਦਾਂ ਦਾ ਲੱਗਦਾ ਹੈ ਚੁੱਪ ਕਿਉਂ ਕਰ ਗਿਆ ਹੈ ਓਏ ਓਏ ਚੁੱਪ ਕਿਉਂ ਕਰ ਗਿਆ ਹੁਣ ਦੋ ਤਿੰਨ ਮਿੰਟ ਨਹੀਂ ਮਰਦਾ ਗਾਈਸ ਤੇ ਮੈਨੂੰ ਵੀ ਮਾੜਾ ਭੈੜਾ ਬੁਰਾ ਲੱਗ ਰਿਹਾ ਇਹਦੇ ਮਾਰ ਕੇ ਕਿਉਂਕਿ ਪਰ ਇਹ ਨਾ ਮਾਰੇ ਬਿਨਾ ਉਹ ਫੇਰ ਦੇਖ ਲਓ ਮਾਰੇ ਬਿਨਾ ਸੌਂਦਾ ਵੀ ਤੇ ਫੇਰ ਲੱਗ ਗਿਆ ਇਹ ਉਹ ਹੁਣ ਅਭੀ ਤਾਂ ਪੈ ਗਿਆ ਇਹਦੇ ਨਾ ਯਾਰ ਜਵਾਕ ਨੂੰ ਕੱਟਣਾ ਥੱਲੇ ਛੱਡ ਕੇ ਆ ਜਾ ਯਾਰ ਛੱਡ ਕੇ ਆਣ ਥੱਲੇ ਮੇਰੀ ਗੱਲ ਸੁਣ ਲੈ ਚੁੱਪ ਚੁੱਪ ਕਰੋਣਾ ਗਿਆ ਚੁੱਪ ਚੁੱਪ ਰੱਖ ਲੈ ਰੱਖ ਲੈ ਚੁੱਪ ਕਰ ਲਿਆ ਦੁਕਾਨ ਤੇ ਲੈ ਕੇ ਜਾਓ ਦੁਕਾਨ ਤੇ ਟਰੈਕਟਰ ਉੱਥੇ ਕਹਿੰਦੇ ਟਰੈਕਟਰ ਊਂ ਤਾਂ ਚੁੱਪ ਕਰਦਾ ਨਹੀਂ ਸੀ ਦੁਕਾਨ ਦਾ ਨਾਂ ਲੈ ਕੇ ਮੈਂ ਇਹਨੂੰ ਚੁੱਪ ਕਿਤਾ ਕਰਾ ਲਿਆ ਗਾ ਤੇ ਹੁਣ ਤਾਂ ਨਹੀਂ ਠੰਡੇ ਪਾਣੀ ਹੱਥ ਮਾਰਦਾ ਮਾਰੇਗਾ ਨਹੀਂ ਮਾਰਦਾ ਮਾਰੇਗਾ ਕਿੱਦਾਂ ਖੜ ਗਿਆ ਗਾਈ ਦੇਖੋ ਮਾਰਨਾ ਠੰਡੇ ਪਾਣੀ ਹੱਥ ਮਾਰਦਾ ਹੁਣ ਤਾਂ ਨਹੀਂ ਮਾਰਦਾ ਹੱਥ ਠੰਡੇ ਪਾਣੀ 'ਚ ਹੈ ਉਹਦੇ ਤੈਨੂੰ ਕੀ ਕਹਿੰਦੇ ਗਾਈਜ਼ ਇਹਨਾਂ ਕੋਲ ਪਤੰਗ ਵੀ ਹੈ ਨਹੀਂ ਤੇ ਵੈਸੇ ਹੀ ਚੀਕਾਂ ਮਾਰ ਰਿਹਾ ਕਿਸੇ ਹੋਰ ਦਾ ਪਤੰਗ ਵੱਢਿਆ ਗਿਆ ਤੇ ਉਹ ਜਾ ਰਿਹਾ ਪਤੰਗ ਤੇ ਉਹੀ ਚੀਕਾਂ ਮਾਰ ਰਹੇ ਨੇ ਮਾਰ ਕੇ ਦਿਖਾਇਓ ਇੱਕ ਵਾਰੀ ਚੀਕਾਂ ਵੈਸੇ ਚੀਕਾਂ ਮਾਰ ਰਹੇ ਨੇ ਪਤੰਗ ਕਿਸੇ ਦਾ ਵੱਢਿਆ ਗਿਆ ਚੀਕਾਂ ਮਾਰੀ ਜਾਂਦੇ ਆ ਗਏ ਗਲੇ ਆਪਦੇ ਮਾਰੀ ਜਾਂਦੇ ਆ ਆਏ ਮੇਰਾ ਸਪੀਕਰ ਮਾਰੀ ਵੀ ਮੇਰਾ ਸਪੀਕਰ ਬੰਦਾ ਤੇ
पतंग दी डीग चा उधरों कोई पतंग आऊगा उधरों पास्यो ते फिर ए ओ पतंग नु खिचण गे टांगी टोंगी पाके फिर पतंग चढ़ाउण गे ते हुण गुलाब नु फोन करके देने आ की कहंदा ओ अभी अभी गई साडे कोल पतंग ता है नहीं गा ते हना इसे दी डोर जांदी साडे कोठे ती ते अभी ने गुट भगाता उते तदी ते हना उना दा पतंग खिचना चाहुंदा सी ते हना आ दा गोटी ते लवाले गोरी अभी किद्दां दा लगदा बल पतंग ओ निकल यार टुटया नहीं निकल ओए ओ हुंदा इधर हुंदा पतंग पतंग गाइस किसे दे पतंग ते काठी पौंदी सी अभी सारा गुट भन लिया उदा ते हुण असी थल्ले चले हांगे गाइस उत्थों ता आ गया हुण असी रजाई दे रखादियां पेटी दे विच क्योंकि बहुत गाह पै रहा साडे रजाइयां दा वाधू ही सीगा साडे लैण वालियां हुण असी अजामे ते चले आ पानी लैण ते पानी लेके आउने फिर गाइस पानी ता ले आंदा हुण दुध वाली कटली रखण जांदे आ मम्मी दुध वाली कटली गाइस आ चक लिया कटली हुण इहनां नूं रख के आउने आ गाइस किडली भी मैं रखी आंदी मैनूं भुख लग रही सी इसलिए मैं बिस्कुट ले आंदे ते बिस्कुट नाल टीवी देने असीं दुध पीवांगे टीवी देने चलो टीवी ला रही असर सच छड़दी ते हुण टीवी देने गाइस दुध आ चुक्या मेरा ते नाल पिन्नियां भी मल गईयां ने बिस्कुट भी आ ते ओह भी खावांगे नाल ते पहला मैं टीवी चला ला किस्से कहानियां चल रही है ते सानू बहुत वधिया लगदियां चाहे असीं किन्ने वड्डे हो जाइए असीं इह देखणा नहीं छड्डदे गाइस मैं तां दुध पी लिया ते गरनूर रह गया गरनूर किन्ना रह गया तेरा फिल्म देखते टीवी देख रहे थे उधर लाइट भज गई हुण सानू इदां ही बैठना पऊगा फोन लग्या हुआ चार्जिंग ते फोन भी नहीं देख सकते बैटरी लो आ सवेरे असीं चार्ज लगा देने हुण तक असीं बैटरी लो हो जांदे जमा मतलब जमा नहीं हुंदी क्योंकि असीं सारा दिन मतलब व्लॉग बनाउंदे रहिंदे इस फोन ते बनाउंदे असीं ते एडिटिंग भी करदे हुंदे विच विच असीं फिर एंड ते इकट्ठा ही कर देने हुंदे आ ते बैटरी लो फोन दी हुण चार्जिंग ते लग्गिया होया फोन गाइस 6:35 हो गए आगे शाम दे ते असीं भी टीवी वगैरह देख लिया गाइस जिन्हां ने साडा चैनल सबसक्राइब नहीं कीता साडा चैनल सबसक्राइब कर लो ते बैल आइकन भी प्रेस करो ताकि साडे लेटेस्ट व्लॉग्स थोड़े तक पहुँचते रहन ते वी होप कि सानू साडे व्लॉग्स चंगे लगदे होणगे ते असीं भी होर मेहनत करांगे साडे व्लॉग्स नू वधिया बनाउण दी ते गाइस अज दे व्लॉग दे विच इन्ना ही मिलते हैं फिर अगले व्लॉग दे विच।